ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਸੰਬੰਧੀ ਜਾਂਚ ਕਰ ਰਹੀ SIT ਦੇ ਸਾਹਮਣੇ ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਪੇਸ਼ ਹੋਣ ਦੀ ਵਾਰੀ ਸੀ ਬਾਲੀਵੁੱਡ ਸਟਾਰ ਅਕਸ਼ੇ ਕੁਮਾਰ ਦੀ, ਜੋ ਬੁੱਧਵਾਰ ਸਵੇਰੇ ਚੰਡੀਗੜ੍ਹ ਵਿੱਚ SIT ਦੇ ਸਾਹਮਣੇ ਪੇਸ਼ ਹੋਏ। ਅਕਸ਼ੇ ਕੁਮਾਰ ਤੋਂ ਕਰੀਬ 30 ਤੋਂ 35 ਮਿੰਟ ਤੱਕ ਪੁੱਛਗਿੱਛ ਕੀਤੀ ਗਈ, ਜਿਸ ਵਿੱਚ ਅਕਸ਼ੇ ਨੇ SIT ਦੇ ਉਹਨਾਂ ਸਾਰੇ ਸਵਾਲਾਂ ਦਾ ਜਵਾਬ ਦਿੱਤਾ ਹੈ ਜਿਨ੍ਹਾਂ ਵਿੱਚ ਬੜੀਆਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸੀ। ਅਕਸ਼ੇ ਕੁਮਾਰ ਤੋਂ ਇਹ ਸਵਾਲ ਪੁੱਛਿਆ ਗਿਆ ਕਿ ਕੀ ਤੁਸੀਂ ਡੇਰਾ ਸੱਚਾ ਸੌਦਾ ਦੇ ਮੁਖੀ ਨੂੰ ਮਿਲੇ ਹੋ, ਕੀ ਕਦੇ ਸੁਖਬੀਰ ਬਾਦਲ ਦੀ ਡੇਰਾ ਮੁਖੀ ਨਾਲ ਤੁਸੀਂ ਮੀਟਿੰਗ ਕਰਵਾਈ ਹੈ, ਅਤੇ ਹਰਬੰਸ ਜਲਾਲ ਦੇ ਉਹਨਾਂ ਇਲਜ਼ਾਮਾਂ ਬਾਰੇ ਵੀ ਪੁੱਛਿਆ ਗਿਆ ਜਿਸ ਵਿੱਚ ਹਰਬੰਸ ਜਲਾਲ ਦਾ ਕਹਿਣਾ ਸੀ ਕਿ ਅਕਸ਼ੇ ਕੁਮਾਰ ਦੀ ਪਤਨੀ ਅਤੇ ਅਕਸ਼ੇ ਕੁਮਾਰ ਡੇਰਾ ਮੁਖੀ ਨਾਲ ਮਿਲੇ ਸਨ। SIT ਨੇ ਹੋਰ ਕੀ ਕੁਝ ਪੁੱਛਿਆ ਅਕਸ਼ੇ ਕੁਮਾਰ ਤੋਂ, ਇਸ ਬਾਰੇ ਉਹਨਾਂ ਦੇ ਵਕੀਲ ਨੇ ਖੋਲ੍ਹ ਕੇ ਦੱਸਿਆ। ਅੱਜ ਅਕਸ਼ੇ ਕੁਮਾਰ ਜੀ ਸਿੱਟ ਕੇ ਸਾਹਮਣੇ ਪੇਸ਼ ਹੋਏ ਹੈ ਜੀ, ਵਹਾਂ ਪੇ ਪੰਜਾਬ ਪੁਲਿਸ ਹੈਡਕੁਆਟਰ ਮੇ, ਤੋ ਉਨਸੇ ਕਰੀਬ 30-35 ਮਿਨਟ ਵਹਾਂ ਕੁਸ਼ਚਨਿੰਗ ਕੀ ਗਈ ਹੈ ਸਿੱਟ ਦੇ ਦੁਆਰਾ, ਔਰ ਉਸਕੇ ਬਾਅਦ ਯੈਸ ਲੈਫਟ ਫੋਰ ਬੋਂਬੇ। ਮੇਨ ਸਵਾਲ ਰਿਗਾਰਡਿੰਗ ਦੈਟ ਮੀਟਿੰਗ ਐਸ ਆਈ ਲਰਨ ਫਰੋਮ ਹਿਮ ਰਿਗਾਰਡਿੰਗ ਉਸ ਮੀਟਿੰਗ ਕੇ ਬਾਰੇ ਮੇ ਕਿ ਉਨਸੇ ਕਭੀ ਕੋਈ ਮੀਟਿੰਗ ਉਸ ਡੇਰਾ ਚੀਫ ਕੇ ਸਾਥ ਹੋਈ, ਤੋ ਉਨਕੀ ਕਭੀ ਕੋਈ ਮੀਟਿੰਗ ਹੋਈ ਨਹੀਂ, ਉਸਮੇ ਐਸਾ ਕੁਛ ਵੀ ਨਹੀਂ ਥਾ ਕਿ ਕਭੀ ਤੂੰ ਸ਼ੋ ਕਿ ਉਨਕੀ ਕਭੀ ਉਨਕੇ ਸਾਥ ਮੀਟਿੰਗ ਹੋਈ। ਸਵਾਲ ਤਾਂ ਉਨਕਾ ਕਿਆ ਬਾਦਲ ਸਾਹਿਬ ਕੇ ਸਾਥ ਕੋਈ ਮੀਟਿੰਗ ਆਊਟ ਆਫ ਪੰਜਾਬ ਹੋਈ, ਵੋ ਵੀ ਉਹਨਾਂ ਨੇ ਕਭੀ ਆਊਟ ਆਫ ਪੰਜਾਬ ਕੋਈ ਉਨਕੀ ਬਾਦਲ ਸਾਹਿਬ ਕੇ ਸਾਥ ਕਿਸੀ ਤਰ੍ਹਾਂ ਕੀ ਸਰ ਸੁਖਬੀਰ ਸਿੰਘ ਬਾਦਲ ਸੇ ਕਭੀ ਵੀ ਕੋਈ ਇੰਟਰੈਕਸ਼ਨ ਹੀ ਨਹੀਂ ਹੋਈ, ਤੋ ਉਸਮੇ ਉਹਨਾਂ ਨੇ ਬਤਾਇਆ ਕਿ ਮੇਰੀ ਕਿਸੀ ਸੇ ਕਭੀ ਵੀ ਕੋਈ ਮੁਲਾਕਾਤ ਨਹੀਂ ਹੋਈ, ਔਰ ਰਿਗਾਰਡਿੰਗ ਦਿਸ ਉਹਨਾਂ ਨੇ ਆਲਰੇਡੀ ਟਵੀਟ ਵੀ ਕਰ ਰੱਖਾ ਹੈ ਕਿ ਮੇਰੀ ਕਭੀ ਕਿਸੀ ਸੇ ਕੋਈ ਸਿਲਸਿਲੇ ਮੇ ਮੁਲਾਕਾਤ ਨਹੀਂ ਹੋਈ। ਬਿਲਕੁਲ ਗਲਤ ਹੈ ਜੀ, ਐਸਾ ਨਾ ਤੋ ਕੁਛ ਹੈ ਨਾ ਹੁਆ। ਉਨਕੀ ਏਕ ਮੂਵੀ ਰਿਲੀਜ਼ ਕੇ ਸੰਬੰਧ ਮੇ ਜਬ ਵੋ ਕਹਿਤੇ ਹੈ ਕੁਛ ਇਸ਼ੂਜ਼ ਆਏ ਥੇ ਸਿੰਘ ਇਸ ਕਿਨ ਕੇ ਸਮੇਂ ਪੇ, ਤੋ ਵੋ ਵੀ ਉਸ ਸਮੇਂ ਦਿੱਲੀ ਮੇ ਉਨਕੋ ਦਿਖਾਈ ਗਈ ਥੀ ਜੋ ਸਿੱਖ ਵਹਾਂ ਪੇ ਗਈ ਥੀ ਜਥੇਬੰਦੀਆਂ, ਵਹਾਂ ਪੇ ਬੋਂਬੇ ਮੇ ਕਿਸੀ ਤਰ੍ਹਾਂ ਕੀ ਕੋਈ ਮੀਟਿੰਗ ਹੋਈ ਹੀ ਨਹੀਂ ਉਨਕਾ ਕਹਿਣਾ। ਦੇਖੀਏ ਜੀ, ਇਸ ਸੰਬੰਧ ਮੇ ਜਸਟਿਸ ਰਣਜੀਤ ਸਿੰਘ ਕੀ ਜੋ ਮੇਨ ਰਿਪੋਰਟ ਹੈ ਉਸਮੇ ਵੀ ਕਿਹਾ ਗਿਆ ਕਿ ਜਬ ਹਰਬੰਸ ਜਲਾਲ ਜੀ ਵਹਾਂ ਗਏ ਉਹਨਾਂ ਨੇ ਕੁਛ ਕਿਹਾ ਕਿ ਮੇਰੇ ਕੋ ਇਸ ਚੀਜ਼ ਕੀ ਨੌਲੇਜ ਹੈ, ਉਸਕੇ ਬਾਅਦ ਉਨਕੋ ਕਿਹਾ ਗਿਆ ਕਿ ਆਪ ਇਸਕਾ ਐਫੀਡੇਵਿਟ ਦੋ, ਆਫਟਰ ਦੈਟ ਉਹ ਹੀ ਡਿਡਨ ਟਰਨ ਅਪ, ਦੁਬਾਰਾ ਵਹਾਂ ਪੇ ਗਏ ਨਹੀਂ, ਔਰ ਈਵਨ ਇਨ ਦੈਟ ਕਮਿਸ਼ਨਸ ਰਿਪੋਰਟ ਇਹ ਕਿਹਾ ਗਿਆ ਕਿ ਇਹ ਸਾਰਾ ਕੁਛ ਹੇਅਰ ਸੇ ਹੈ ਜਿਸ ਪੇ ਕੋਈ ਰਿਲਾਇੰਸ ਪਲੇਸ ਨਹੀਂ ਕੀ ਜਾ ਸਕਤੀ। ਇਸ ਬਾਰੇ ਮੇ ਤੋ ਉਨਕਾ ਵੀ ਇਹ ਕਹਿਣਾ ਹੈ, ਈਵਨ ਕਮਿਸ਼ਨਸ ਰਿਪੋਰਟ ਸੋ ਈਵਨ ਦੈਟ ਇਨ ਜੋ ਕਮਿਸ਼ਨ ਕੀ ਇਨਕੁਆਇਰੀ ਹੈ ਉਸਮੇ ਵੀ ਇਹੀ ਆਇਆ, ਔਰ ਹੀ ਇਜ਼ ਵੈਰੀ ਸਪੈਸਿਫਿਕ, ਅਕਸ਼ੇ ਜੀ ਬੜੇ ਸਪੈਸਿਫਿਕ ਤੇ ਕਿ ਕਭੀ ਕੁਛ ਹੁਆ ਨਹੀਂ, ਔਨ ਦਾ ਰਿਪੀਟਿੰਗ ਆਸਕਿੰਗ ਆਫ ਐਨੀ ਐਵਰੀਬਡੀ ਹੀ ਸੈਡ ਕਿ ਮੇਰੀ ਕਭੀ ਕਿਸੀ ਸੇ ਕਿਸੀ ਤਰ੍ਹਾਂ ਕੀ ਕੋਈ ਮੁਲਾਕਾਤ ਜੋ ਹੈ ਵੋ ਨਹੀਂ ਹੋਈ ਹੈ। ਨਹੀਂ ਜੀ, ਅਭੀ ਐਸਾ ਕੁਛ ਨਹੀਂ ਹੈ ਜੀ, ਨਹੀਂ ਕਭੀ ਦੁਬਾਰਾ ਨਹੀਂ ਬੁਲਾਇਆ ਗਿਆ, ਉਨਸੇ ਉਹਨਾਂ ਨੇ ਕੁਸ਼ਚਨਿੰਗ ਕਰਨੀ ਥੀ ਵੋ ਕਰ ਲਈ ਹੈ, ਔਰ ਵੋ ਵਾਪਸ ਚਲੇ ਗਏ। ਦੇਖੋ ਇਨਵੈਸਟੀਗੇਸ਼ਨ ਪਾਰਟ ਹੈ ਜੀ, ਐਗਜੈਕਟਲੀ ਆਈ ਕਾਂਟ ਟੈਲ, ਕੁਛ ਵੀ ਨਹੀਂ ਹੈ ਇਸਕੇ ਜ਼ਿਆਦਾ, ਤੋ ਦਿਸ ਵਾਸ ਦਾ ਮੇਨ ਇਸ਼ੂ ਰਿਗਾਰਡਿੰਗ ਕੇ। ਅਕਸ਼ੇ ਕੁਮਾਰ ਤਾਂ SIT ਦੇ ਸਾਹਮਣੇ ਪੇਸ਼ ਹੋ ਕੇ ਵਾਪਸ ਚਲੇ ਗਏ, ਪਰ ਹੁਣ SIT ਅਕਸ਼ੇ ਕੁਮਾਰ ਦੇ ਇਹਨਾਂ ਜਵਾਬਾਂ ਤੋਂ ਸੰਤੁਸ਼ਟ ਹੈ ਜਾਂ ਨਹੀਂ, ਇਹ ਤਾਂ SIT ਹੀ ਦੱਸ ਸਕਦੀ ਹੈ। ਦਾ ਪੰਜਾਬ TV।